ਹੈਲੋ ਐਵਰੀਵਨ, ਅੱਜ ਆਪਾਂ ਕਰਨ ਜਾ ਰਹੇ ਹਾਂ ਵਿਕਟੋਰੀਅਨ ਰਾਈਟਰਸ ਦੇ ਬਰਥ ਈਅਰ ਯਾਦ ਕਰਨ ਦੀ ਸ਼ੋਰਟ ਟ੍ਰਿਕ। ਤਾਂ ਇਹ ਆਪਣੇ ਮਾਸਟਰ ਕੈਡਰ ਦੇ ਸਿਲੇਬਸ ਦੇ ਵਿੱਚ ਆਉਣ ਵਾਲੇ 13 ਵਿਕਟੋਰੀਅਨ ਰਾਈਟਰਸ ਨੇ, ਥੋਮਸ ਕਾਰਲਾਈਲ, ਟੈਨੀਸਨ, ਗਾਸਕਲ, ਰੋਬਰਟ ਬ੍ਰਾਊਨਿੰਗ, ਚਾਰਲਸ ਡਿਕਨਸ, ਸ਼ਾਰਲੋਟ ਬ੍ਰੋਂਟ, ਇਮਲੀ ਬ੍ਰੋਂਟ, ਰਸਕਿਨ, ਜੋਰਜ ਏਲੀਅਟ, ਮੈਥਿਊ ਆਰਨੋਲਡ, ਸੈਮੂਅਲ ਬਟਲਰ ਐਂਡ ਵਾਲਟਰ ਪੀਟਰ ਐਂਡ ਥੋਮਸ ਹਾਰਡੀ। ਤਾਂ ਇਹਨਾਂ ਨੂੰ, ਇਹਨਾਂ ਦੇ ਆਪਾਂ ਥੋੜ੍ਹੇ ਜਿਹੇ ਨਾਮ ਵਿਗਾੜ ਵਿਗੂੜ ਕੇ ਇਹਨਾਂ ਨੂੰ ਆਪਾਂ ਬਰਥ ਈਅਰ ਇਹਨਾਂ ਦੇ ਲਰਨ ਕਰਨੇ ਨੇ। ਤਾਂ ਫਸਟ ਹੈ ਜੀ ਆਪਣਾ ਥੋਮਸ ਕਾਰਲਾਈਲ। ਥੋਮਸ ਕਾਰਲਾਈਲ ਕਦੋਂ ਬੋਰਨ ਹੋਇਆ? 1795 ਦੇ ਵਿੱਚ। ਥੋਮਸ ਕਾਰਲਾਈਲ ਨੂੰ ਛੱਡ ਕੇ ਬਾਕੀ ਸਾਰੇ ਆਪਣੇ ਜਿੰਨੇ ਵੀ ਵਿਕਟੋਰੀਅਨ ਏਜ ਦੇ ਰਾਈਟਰਸ ਆਪਣੇ ਕੋਲ ਪੁੱਛਣਗੇ, ਉਹ 1800 ਦੇ ਵਿੱਚ ਨੇ, 1800 ਤੋਂ ਲੈ ਕੇ 1800 ਤੋਂ ਉਹ ਸ਼ੁਰੂ ਹੁੰਦੇ ਨੇ। ਤਾਂ ਇੱਕ ਇਹ ਥੋਮਸ ਕਾਰਲਾਈਲ ਹੀ ਹੈ ਜਿਹੜਾ 1700 ਤੋਂ ਸ਼ੁਰੂ ਹੁੰਦਾ, ਇਹ ਯਾਦ ਰੱਖਣਾ ਆਪਾਂ। ਥੋਮਸ ਕਾਰਲਾਈਲ, ਥੋਮਸ ਕਾਰਲਾਈਲ ਨੇ 95 ਮਾਡਲ ਦੀ ਕਾਰ ਲਈ। ਨੈਕਸਟ ਹੈ ਜੀ ਟੈਨੀਸਨ ਅਤੇ ਗਾਸਕਲ, ਇਹਨਾਂ ਨੂੰ ਇਕੱਠਾ ਯਾਦ ਕਰਾਂਗੇ। ਟੈਨੀਸਨ ਹੋਇਆ 1809 ਦੇ ਵਿੱਚ ਅਤੇ ਗਾਸਕਲ ਹੋਇਆ 1810 ਦੇ ਵਿੱਚ। ਤਾਂ ਟੈਨ ਸਨ, ਤੇਰੇ ਤਾਂ 10 ਮੁੰਡੇ ਸੀ, ਮੈਂ ਉਹਨੂੰ ਕਿਹਾ, ਉਹ ਕਹਿੰਦਾ ਨਹੀਂ ਨਹੀਂ ਇੱਕ ਤਾਂ ਕੱਲ੍ਹ ਗੈਸ ਲੈਣ ਗਿਆ ਸੀ। ਤਾਂ ਗੈਸ ਗਾਸਕਲ ਤੋਂ ਆਪਣਾ ਬਣ ਗਿਆ ਗੈਸ ਕਲ, ਇੱਕ ਤਾਂ ਕੱਲ੍ਹ ਗੈਸ ਲੈਣ ਗਿਆ ਸੀ, ਇੱਕ ਤਾਂ ਕੱਲ੍ਹ ਜੀ ਗੈਸ ਲੈਣ ਗਿਆ ਸੀ। ਤਾਂ ਤੇਰੇ ਤਾਂ 10 ਮੁੰਡੇ ਸੀ, ਨਹੀਂ ਨਹੀਂ ਮੇਰਾ ਇੱਕ ਮੁੰਡਾ ਕੱਲ੍ਹ ਗੈਸ ਲੈਣ ਗਿਆ ਸੀ। ਤਾਂ ਆਪਾਂ ਇੱਥੋਂ ਯਾਦ ਰੱਖ ਲੈਂਦੇ 1809 ਇੱਕ ਘਟਾਉਣਾ ਹੈ ਟੈਨੀਸਨ ਦੇ ਵਿੱਚ, ਅਤੇ ਗਾਸਕਲ ਦੇ ਵਿੱਚ ਇੱਕ ਵਧਾਉਣਾ ਹੈ, ਠੀਕ ਹੈ। ਨੈਕਸਟ ਹੈ ਰੋਬਰਟ ਬ੍ਰਾਊਨਿੰਗ ਅਤੇ ਚਾਰਲਸ ਡਿਕਨਸ। ਚਾਰਲਸ ਡਿਕਨਸ ਮੈਨੂੰ ਕਹਿੰਦਾ ਬਾਹਰ ਆ, ਤੈਨੂੰ ਬਰਾਊਨੀ ਦੇਵਾਂ ਖਾਣ ਨੂੰ, ਬਰਾਊਨੀ ਹੁੰਦੀ ਹੈ ਖਾਣ ਵਾਲੀ ਚੀਜ਼। ਤਾਂ ਚਾਰਲਸ ਡਿਕਨਸ ਮੈਨੂੰ ਕਹਿੰਦਾ ਬਾਹਰ ਆ, ਬਾਹਰ ਆ, ਬਾਹਰ ਆ, ਠੀਕ ਹੈ, ਇਹ ਬਾਹਰ ਆ, ਬਾਹਰ ਆ, ਬਾਰਾਂ ਤੋਂ ਯਾਦ ਰੱਖਣਾ ਬਾਹਰ ਆ। ਚਾਰਲਸ ਡਿਕਨਸ ਮੈਨੂੰ ਕਹਿੰਦਾ ਬਾਹਰ ਆ, ਤੈਨੂੰ ਖਾਣ ਨੂੰ ਇੱਕ ਬਰਾਊਨੀ ਦੇਵਾਂ। ਨੈਕਸਟ ਹੈ ਜੀ ਆਪਣਾ ਸ਼ਾਰਲਟ ਬ੍ਰੋਂਟ ਅਤੇ ਇਮਲੀ ਬ੍ਰੋਂਟ। ਸ਼ਾਰਲਟ ਬ੍ਰੋਂਟ ਹੋਈ ਸੀ 1816 'ਚ, ਅਤੇ ਇਮਲੀ ਬ੍ਰੋਂਟ ਇਹ ਹੋਈ ਸੀ 1818 ਦੇ ਵਿੱਚ। ਇਹ ਦੋਨੋਂ ਸੀ ਭੈਣਾਂ। ਤਾਂ ਇਹਨਾਂ ਨੂੰ ਐਵੇਂ ਯਾਦ ਰੱਖਣਾ, 16 ਸਾਲ ਦੀ ਬ੍ਰੋਂਟੇ 18 ਦੀ ਹੋ ਕੇ ਇਮਲੀ ਖਾਣ ਲੱਗ ਗਈ। 18 ਏਜ ਦੀ ਹੋ ਕੇ ਉਹਨੇ ਇਮਲੀ ਖਾਣੀ ਸ਼ੁਰੂ ਕਰਤੀ। 18 'ਚ ਜਿਵੇਂ ਆਪਾਂ ਨੂੰ ਕਈ ਅਧਿਕਾਰ ਮਿਲ ਜਾਂਦੇ, ਤਾਂ ਉੱਦਾਂ ਆਪਾਂ ਯਾਦ ਰੱਖਾਂਗੇ ਕਿ 16 ਸਾਲ ਦੀ ਬ੍ਰੋਂਟੇ ਨੇ, ਜਦੋਂ ਉਹ 16 ਸਾਲ ਦੀ ਸੀ, ਠੀਕ ਹੈ, ਜਦੋਂ ਉਹ ਬ੍ਰੋਂਟੇ 18 ਦੀ ਹੋਈ ਤਾਂ ਇਮਲੀ ਖਾਣੀ ਸ਼ੁਰੂ ਕਰਤੀ ਉਹਨੇ। ਤਾਂ 16 18 ਸ਼ਾਰਲੋਟ ਬ੍ਰੋਂਟ 16, ਇਮਲੀ ਖਾਣੀ ਸ਼ੁਰੂ ਕੀਤੀ 18 'ਚ, ਤਾਂ ਇਮਲੀ ਬ੍ਰੋਂਟੇ 1818। ਹੁਣ ਰਸਕਿਨ ਅਤੇ ਜੋਰਜ ਏਲੀਅਟ, ਏਲੀਅਟ ਨੂੰ ਆਪਾਂ ਯਾਦ ਰੱਖਾਂਗੇ ਈਡੀਅਟ ਨਾਲ, ਠੀਕ ਹੈ, 1819 ਦੋਨੋਂ ਹੋਏ 1819। ਇਹਨੂੰ ਇੱਦਾਂ ਹੀ ਯਾਦ ਰੱਖਾਂਗੇ ਕਿ 1819 ਦੀ ਉਮਰ ਦੇ ਵਿੱਚ ਆਪਾਂ ਨੂੰ ਰਸ ਆਉਣਾ ਸ਼ੁਰੂ ਹੋ ਜਾਂਦਾ, ਤਾਂ ਆਪਾਂ ਈਡੀਅਟ ਹੋ ਜਾਂਦੇ ਹਾਂ। ਤਾਂ ਰਸਕਿਨ ਤੋਂ ਰਸ ਯਾਦ ਰੱਖਣਾ, ਈਲੀਅਟ ਤੋਂ ਈਡੀਅਟ, ਹੈ ਨਾ। ਤਾਂ 1819 ਦੀ ਏਜ ਦੇ ਵਿੱਚ ਆਪਾਂ ਨੂੰ ਰਸ ਆਉਣਾ ਸ਼ੁਰੂ ਹੋ ਜਾਂਦਾ, ਤਾਂ ਆਪਾਂ ਈਡੀਅਟ ਹੋ ਜਾਂਦੇ ਹਾਂ, ਠੀਕ ਹੈ। ਨੈਕਸਟ ਹੈ ਜੀ ਮੈਥਿਊ ਆਰਨੋਲਡ, ਠੀਕ ਹੈ। ਤਾਂ ਇਹਨੂੰ ਆਪਾਂ ਯਾਦ ਰੱਖਣਾ, ਇਹ ਹੈ ਮੈਥਿਊ ਆਰਨੋਲਡ ਜਿਹੜਾ ਹੈ, ਇਹ ਹੈ ਆਪਣਾ 1822 ਦੇ ਵਿੱਚ। ਤਾਂ ਆਪਾਂ ਨੂੰ ਕਿੱਦਾਂ ਯਾਦ ਰੱਖਾਂਗੇ, ਮੈਥ 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 ਆਰ ਮੈਂ ਤੇਰਾ ਓਲਡ ਬਾਈ। ਤਾਂ ਮੈਥਿਊ ਆਰਨੋਲਡ ਮੈਥ ਤੋਂ ਯਾਦ ਰੱਖਾਂਗੇ, MATH ਮੈਥ, ਮੈਥ ਆਰ ਮੈਂ ਤੇਰਾ ਓਲਡ ਬਾਈ, ਬਾਈ, ਠੀਕ ਹੈ, ਬਾਈ, ਮੈਥ ਆਰ ਮੈਂ ਤੇਰਾ ਓਲਡ ਬਾਈ, ਮੈਥ ਅਰੇ ਮੈਂ ਤੇਰਾ ਪੁਰਾਣਾ ਬਾਈ ਹਾਂ, ਮੈਥ ਅਰੇ ਮੈਂ ਤੇਰਾ ਪੁਰਾਣਾ ਬਾਈ ਹਾਂ। ਤਾਂ ਮੈਥਿਊ ਆਰਨੋਲਡ 1822 ਦੇ ਵਿੱਚ। ਸੈਮੂਅਲ ਬਟਲਰ ਐਂਡ ਵਾਲਟਰ ਪੀਟਰ, ਤਾਂ ਇਹ 1835 'ਚ ਆਇਆ ਸੈਮੂਅਲ ਬਟਲਰ, ਅਤੇ 1839 ਦੇ ਵਿੱਚ ਆਇਆ ਵਾਲਟਰ ਪੀਟਰ। ਹੁਣ ਲੋਕਾਂ ਨੂੰ 39 ਕਈ ਵਾਰੀ ਨਹੀਂ ਪੜ੍ਹਨਾ ਆਉਂਦਾ, ਠੀਕ ਹੈ, ਤਾਂ ਬਹੁਤ ਔਖਾ ਲੱਗਦਾ ਉਹਨਾਂ ਨੂੰ
39 ਪੜ੍ਹਨਾ ਤਾਂ ਆਪਾਂ ਇਹਨੂੰ ਯਾਦ ਰੱਖਾਂਗੇ, ਸੈਮਲ ਨੂੰ ਯਾਦ ਰੱਖਾਂਗੇ ਸਮੋਲ ਤੋਂ, ਠੀਕ ਹੈ, SMALL ਸਮੋਲ, ਛੋਟੇ ਹੁੰਦਿਆਂ ਸਮੋਲ ਹੁੰਦਿਆਂ ਜੇ ਇਹਨੇ 35 ਪੜ੍ਹੀ ਹੁੰਦੀ, 35 ਮਤਲਬ ਪੰਜਾਬੀ, ਛੋਟੇ ਹੁੰਦੇ ਜੇ ਇਹਨੇ 35 ਪੜ੍ਹੀ ਹੁੰਦੀ ਤਾਂ ਅੱਜ ਇਹ 39 ਪਟਰ ਪਟਰ ਬੋਲ ਲੈਂਦਾ। ਪੀਟਰ ਤੋਂ ਯਾਦ ਰੱਖਣਾ ਪਟਰ ਪਟਰ। ਛੋਟੇ ਹੁੰਦੇ ਆ ਜੇ ਇਹਨੇ 35 ਪੜ੍ਹੀ ਹੁੰਦੀ, ਸਮੋਲ ਹੁੰਦੇ ਆ ਜੇ ਇਹਨੇ 35 ਪੜ੍ਹੀ ਹੁੰਦੀ ਤਾਂ ਅੱਜ ਇਹ 39 ਨੂੰ ਪਟਰ ਪਟਰ ਬੋਲ ਲੈਂਦਾ। ਤਾਂ ਸੈਮੂਅਲ ਬਟਲਰ 1835, ਵਾਲਟਰ ਪੇਟਰ 1839। ਨੈਕਸਟ ਹੈ ਜੀ ਹਾਰਡੀ। ਹਾਰਡੀ ਦਾ ਬਰਥ ਈਅਰ ਹੈ 2 ਜੂਨ 1840। ਜੇ ਦੋ ਜੂਨ ਦੀ ਜੇ ਰੋਟੀ ਕਮਾਉਣੀ ਹੈ, 2 ਜੂਨ ਦੀ ਮਤਲਬ 2 ਜੂਨ ਦੋ ਟਾਈਮ ਦੋ ਵਕਤ ਦੀ 2 ਜੂਨ ਦੀ ਜੇ ਰੋਟੀ ਕਮਾਉਣੀ ਹੈ ਤਾਂ ਆਪਾਂ ਨੂੰ ਹਾਰਡੀ ਤੋਂ ਬਣਿਆ ਹਾਰਡ ਜਿਹੜੀ ਹੈ 40 ਕਰਨੀ ਪੈਂਦੀ ਹੈ, 40 ਕਰਨੀ ਪੈਂਦੀ ਹੈ। 2 ਜੂਨ ਦੀ ਜੇ ਆਪਾਂ ਰੋਟੀ ਕਮਾਉਣੀ ਹੈ ਤਾਂ ਆਪਾਂ ਨੂੰ ਹਾਰਡ 40 ਕਰਨੀ ਪੈਂਦੀ ਹੈ। ਤਾਂ ਇਹ ਆਪਣੀ ਹੋ ਗਈ ਜੀ ਵਿਕਟੋਰੀਅਨ ਏਜ ਦੇ ਡੇਟ ਆਫ ਬਰਥ। ਥੈਂਕ ਯੂ ਸੋ ਮੱਚ।